ਐਡੀ ਮਾਰ ਕੇ ਨਾ ਅੱਜ ਮੈਂ ਬਾਲ ਨੂੰ ਚਟੋਲੀ ਮਾਰੀ ਦੀ ਓਏ ਮੇਰੇ ਨਬੀ ਨੇ ਐਡੀ ਮਾੜੀ ਪਹਾੜ ਨੂੰ ਓਏ ਖਬਰਦਾਰ ਤੇਰੇ ਤੇ ਇੱਕ ਨਬੀ ਇਹ ਪਹਾੜ ਨੂੰ ਆਉਂਦੇ ਨੇ ਪੈ ਤੇਰੇ ਤੇ ਇੱਕ ਨਬੀ ਇੱਕ ਸਿੱਧੀ ਦੋ ਸ਼ਹੀਦ ਨੀ ਮੈਂ ਤਾਂ ਦੱਸਦਾ ਪਿਆ ਮੇਰਾ ਨਬੀ ਪਹਾੜ ਨੂੰ ਸਮਝਾ ਓਏ ਜਿਵੇਂ ਬਾਲ ਨੂੰ ਚਟੋਲੀ ਮਾਰ ਗਿਆ ਕਿਹਦਾ ਓਏ ਬਾਜ਼ ਆ ਜਾ ਤੈਨੂੰ ਪਤਾ ਨਹੀਂ ਬਜ਼ੁਰਗ ਬੈਠੇ ਹੋਏ ਨੇ ਮਿਸਾਲ ਦੇਣਾ ਪਿਆ ਹੁਣ ਇਹ ਪੁੱਛੋ ਮੀਆਂ ਜੀ ਪਹਾੜ ਸੁਣਦਾ ਹੈ ਮੀਆਂ ਜੀ ਇਸ ਅੱਡੀ ਮਾਰਨ ਨਾਲ ਪਹਾੜ ਦਾ ਕੀ ਹੈ ਮਾਲੂਮ ਹੋਇਆ ਮੇਰੇ ਨਬੀ ਦਾ ਤਲਕ ਹੋ ਜਾਏ ਪਹਾੜ ਵੀ ਸਮਝਦਾ ਹੈ ਮੇਰੇ ਨਬੀ ਨਾਲ ਨਿਸਬਤ ਹੋ ਜਾਏ ਪਹਾੜ ਵੀ ਕੱਲਾ ਸਮਝਦਾ ਉਹਨੂੰ ਸ਼ਊਰ ਆ ਜਾਂਦਾ ਹੈ ਉਹਨੂੰ ਸ਼ਊਰ ਆ ਜਾਂਦਾ ਹੈ ਜਿਸਲੇ ਨਬੀ ਨਾਲ ਰਾਬਤਾ ਹੋ ਜਾਏ ਤੇ ਪਹਾੜ ਨੂੰ ਵੀ ਸਮਝ ਆ ਜਾਂਦੀ ਹੈ ਸ਼ਊਰ ਆ ਜਾਂਦਾ ਹੈ ਸਮਝਣ ਦਾ ਤੇ ਜੇ ਇੱਕੋ ਜਿਹਾ ਤੇ ਤੂੰ ਆਖ ਨਾ ਪਹਾੜ ਨੂੰ ਮੈਂ ਘਰ ਪੱਥਰ ਲਵਾਉਣਾ ਤੂੰ ਮੇਰੇ ਅੱਲਾ ਉਹ ਜਿਹਨੇ 32.5 ਲੈ ਨੇ ਉਸ ਵੱਡੇ ਕੇਸ ਕਰ ਦੇਣੇ ਅਦਾਲਤ ਚ ਜੱਜ ਸਾਹਿਬ ਇਹ ਪਾਗਲ ਹੋ ਗਿਆ ਮੈਨੂੰ ਤਲਾਕ ਲੈ ਦਿਓ ਦਲੀਲ ਕੀ ਹੈ ਬੀਬੀ ਹੋ ਸਕਿਆ ਪਹਾੜਾਂ ਨਾਲ ਗੱਲਾਂ ਕਰਨ ਡਿਆ ਪਾਗਲ ਨਹੀਂ ਹੈ ਪਰ ਮੇਰਾ ਨਬੀ ਮੇਰੇ ਨਬੀ ਦੀ ਅੱਡੀ ਲੱਗੇ ਮੇਰਾ ਨਬੀ ਆਂਦਾ ਪਹਾੜ ਨੂੰ ਉਹ ਖਬਰਦਾਰ ਤੇਰੇ ਤੇ ਇੱਕ ਨਬੀ ਇੱਕ ਸਿੱਦੀਕ ਦੋ ਸ਼ਹੀਦ ਮੌਜੂਦ ਨੇ ਮਾਲੂਮ ਹੋਇਆ ਨਬੀ ਨਾਲ ਨਿਸਬਤ ਹੋ ਜਾਏ ਤੇ ਪਹਾੜ ਨੂੰ ਵੀ ਸ਼ਊਰ ਆ ਜਾਂਦਾ ਹੈ ਕੁਮਤੇ ਸਮਾਤ ਮਿਲ ਜਾਂਦੀ ਹੈ ਕੁਮਤੇ ਮੇਰੇ ਨਬੀ ਨਾਲ ਤਲਕ ਹੋ ਗਿਆ ਪਹਾੜ ਵੀ ਸੁਣਦਾ ਇਹ ਤੇ ਪਹਾੜ ਅਬੂ ਜਾਲ ਦੀ ਮੁੱਠੀ ਚ ਕੰਕਰੇ ਮੇਰਾ ਨਬੀ ਚਾਹੇ ਤੇ ਉਹ ਵੀ ਸੁਣ ਪੈਂਦੇ ਨੇ ਇਸ਼ਾਰਾ ਕੀਤਾ ਇਹਦੇ ਕੰਕਰੇ ਸਮਝ ਗਏ ਨੇ ਉਹ ਸਹੀ ਕਲਮਾ ਪੜ੍ਹਦੇ ਨੇ ਪਏ ਮੈਂ ਵਿਖਾਉਣਾ ਫਰਮਾਇਆ ਉਹ ਖਬਰਦਾਰ ਤੇਰੇ ਤੇ ਇੱਕ ਨਬੀ ਇੱਕ ਸਿੱਦੀਕ ਤੇ ਦੋ ਬੋਲੋ ਬੋਲੋ ਜ਼ੋਰ ਨਾ ਕਹਿ ਲੋ ਦੋ ਨਬੀ ਇਮਾਮੁਲ ਅੰਬੀਆ ਸਿੱਦੀਕ ਜਨਾਬੇ ਸੈਯਦਨਾ ਅਬੂ ਬਕਰ ਸਿੱਦੀਕ ਸ਼ਹੀਦ ਜਨਾਬੇ ਉਮਰੇ ਫਾਰੂਕ ਤੇ ਜਨਾਬੇ ਉਸਮਾਨੇ ਗਨੀ ਫਰਮਾਇਆ ਦੋ ਸ਼ਹੀਦ ਸਦੀਕ ਦੀ ਗੱਲ ਫਿਰ ਕਰ ਗਏ ਸਿਮਨ ਚ ਗੱਲ ਇਹ ਵੀ ਪੂਰੀ ਕਰ ਦਈਏ ਫਰਮਾਇਆ ਇੱਕ ਨਬੀ ਇੱਕ ਸਦੀਕ ਤੇ ਦੋ ਸ਼ਹੀਦ ਮਾਲੂਮ ਹੋਇਆ ਮੇਰੇ ਨਬੀ ਨੂੰ ਹਰ ਬੰਦੇ ਦੇ ਅੰਜਾਮ ਦਾ ਵੀ ਇਲਮ ਉਸਮਾਨ ਗਨੀ ਵੀ ਸ਼ਹੀਦ ਹੋਏ ਉਮਰੇ ਫਾਰੂਕ ਵੀ ਸ਼ਹੀਦ ਹੋਏ ਤੇ ਨਬੀ ਨੇ ਪਹਿਲਾਂ ਦਾ ਨਹੀਂ ਕਿਸੇ ਨੂੰ ਨਹੀਂ ਪਤਾ ਕੱਲ ਕੀ ਹੋਣਾ ਮੈਂ ਕਿਹਾ ਕਿਉਂ ਨਹੀਂ ਪਤਾ ਮੇਰੇ ਨਬੀ ਨੇ ਦੱਸਿਆ ਕਿ ਇਹਨਾਂ ਸ਼ਹੀਦ ਹੋਣਾ ਮੇਰੇ ਅਲੀ ਨਬੀ ਨੇ ਦੱਸਿਆ ਅਲੀ ਸ਼ਹੀਦ ਹੋਵੇਗਾ ਮੇਰੇ ਨਬੀ ਨੇ ਦੱਸਿਆ ਉਸਮਾਨ ਸ਼ਹੀਦ ਹੋਵੇਗਾ ਉਮਰ ਸ਼ਹੀਦ ਹੋਵੇਗਾ ਅਲੀ ਸ਼ਹੀਦ ਹੋਵੇਗਾ ਹਦੀਸ ਨਾ ਵਿਖਾਵਾਂ ਮੈਂ ਜ਼ਿੰਮੇਦਾਰ ਤੇ ਜੇ ਨਬੀ ਪਹਿਲਾਂ ਦੱਸ ਛੱਡੇ ਤੇ ਫਿਰ ਵੀ ਆਖਣਾ ਨਹੀਂ ਨਬੀ ਨੂੰ ਪਤਾ ਕੋਈ ਨਹੀਂ ਨਬੀ ਨੂੰ ਪਤਾ ਕੋਈ ਨਹੀਂ ਨਬੀ ਨੂੰ ਪਤਾ ਕੋਈ ਨਹੀਂ ਮੇਰਾ ਇਹ ਕਹਿੰਦਿਆ ਜਾਣਾ ਹੱਕ ਨੂੰ ਸਮਝਦਿਆਂ ਹੋਇਆ ਜ਼ਿੱਦ ਤੇ ਅੜਿਆ ਰਹਿਣਾ ਯਹੂਦੀ ਅਤੇ ਇਹ ਗੱਲ ਯਾਦ ਰੱਖੋ ਹੱਕ ਨੂੰ ਸਮਝਦਿਆਂ ਕਿ ਕਦੋਂ ਹਜ਼ਰਤ ਉਮਰੇ ਫਾਰੂਕ ਸ਼ਹੀਦ ਹੋਏ ਨੇ ਕਦੋਂ ਉਸਮਾਨੇ ਗਨੀ ਸ਼ਹੀਦ ਹੋਏ ਨੇ ਕਦੋਂ ਮੌਲਾ ਮੁਰਤਜ਼ਾ ਸ਼ਹੀਦ ਹੋਏ ਨੇ ਕਦੋਂ ਹਜ਼ਰਤ ਮੌਲਾ ਹੁਸੈਨ ਸ਼ਹੀਦ ਹੋਏ ਨੇ ਮੇਰੇ ਨਬੀ ਨੇ ਪਹਿਲਾਂ ਖਬਰ ਦਿੱਤੀ ਸੀ ਹਾਲੇ ਵੀ ਆਖੇ ਨਬੀ ਨੂੰ ਪਤਾ ਕੋਈ ਨਹੀਂ ਨਬੀ ਨੂੰ ਇਲਮ ਕੋਈ ਨਹੀਂ ਇੱਥੋਂ ਕਿਸੇ ਮੌਲੀ ਨੂੰ ਆਖੇ ਨੇ ਤੈਨੂੰ ਇਲਮ ਕੋਈ ਨਹੀਂ ਜਹਿਲ ਹੈ ਤੋਬਾ ਖੌਰੂ ਕੱਢ ਕੱਢ ਕੇ ਮਰਾਬ ਭੋਲੇ ਕਰ ਦਿੰਦੇ ਨੇ ਮੈਂ ਪੜ੍ਹਿਆ ਲਿਖਿਆ ਵਾਂ ਮੈਨੂੰ ਇਲਮ ਹੈ ਤੈਨੂੰ ਸਰਟੀਫਿਕੇਟ ਕਿਹੜੇ ਦਿੱਤਾ ਮੇਰੇ ਕੋਲ ਸਨਦ ਹੈ ਫਲਾਣੇ ਮਾਹੌਲ ਤੈਨੂੰ ਇੱਕ ਮੌਲਵੀ ਜਿੱਦਣ ਪ੍ਰਵਾਨਾ ਦੇ ਦੇ ਤੇ ਤੂੰ ਆਲਮ ਹੈ ਤੇ ਜਿਹਨੂੰ ਅੱਲਾਹ ਆਂਦਾ ਰਹਿਮਾਨ ਅੱਲਾਮ ਅਲ ਕੁਰਾਨ ਨਬੀ ਆਲਮ ਨਹੀਂ ਹਾਏ ਹਾਏ ਇਲਮ ਤੇ ਮੇਰੇ ਸਦੀਕ ਦਾ ਵੀ ਨਹੀਂ ਜੀ ਮਾਫਿਲ ਰਹਾਮ ਦਾ ਇਲਮ ਦਾ ਕਿਸੇ ਨੂੰ ਨਹੀਂ ਪਤਾ ਕਿ ਮਾਦਾ ਦੇ ਰੇਮ ਚ ਕੀ ਹੈ ਮੈਂ ਕਿਹਾ ਮੇਰੇ ਸਦੀਕ ਨੂੰ ਪਤਾ ਮੈਂ ਵਿਖਾਉਣਾ ਆ ਜਿਹੜੀ ਮੈਂ ਗੱਲ ਕਰ ਲਗਾ ਸ਼ਾਇਦ ਨਾ ਕਦੀ ਸੁਣੀ ਹੋ ਹਜ਼ਰਤ ਸੈਯਦਨਾ ਸਦੀਕ ਅਕਬਰ ਵਿਸਾਲ ਦੇ ਕਰੀਬ ਹੈ ਆਪ ਵਸੀਅਤ ਕਰਨ ਲੱਗੇ ਨੇ ਇਹ ਹਿੱਸਾ ਫਲਾਣੇ ਦਾ ਇਹ ਹਿੱਸਾ ਫਲਾਣੇ ਦਾ ਇਹ ਹਿੱਸਾ ਫਲਾਣੇ ਦਾ ਇਹ ਬੇਟੀਆਂ ਦਾ ਅਰਜ਼ ਕੀਤੀ ਹੈ ਅਸਮਾ ਤੇ ਉਮਲ ਮੁਮੀਨਾ ਸਦੀਕਾ
बेटियां ते दो ने, फरमाया बेटा एक तुम्हारी बहन और पैदा होगी, ये उसका हिस्सा है, मैं बखाना। तीसरी बेटी दे पैदा होने तो पहला सैयदना हज़रत सदीक अकबर ने फरमाता लड़की पैदा होगी और ऐ उहदा हिस्सा है। ये तो सदीक नू इलम, ये माफिल जिदा थेले मेरे को हदीस वड्डे ने, मैं बखाना। पर बिना इश्के नबी, बिना इश्के नबी जो पढ़ते हैं बुखारी, बिना इश्के नबी जो पढ़ते हैं बुखारी, आता है बुखार उनको, आता है बुखार उनको नहीं आती बुखारी, आता है बुखार उनको, आता है बुखार उनको, आता है बुखार उनको नहीं आती बुखारी। तो आशीषा ने गिरामी मरस करना पिया, फरमाया बहुत खबरदार तेरे ते एक नबी एक सिद्दीक दो शहीद। मालूम होया मेरे नबी नु हर बंदे दे अंजाम दा इलम है, हर बंदे दे अंजाम दा इलम है। जी आप होते दे उते एक हदीस और पेश कर जाम। हदीस ना होवे ते मैं जुबान कटाना। एक बंदा जंग च लड़दा पिया बड़ी जोरत ते बहादुरी नाल, बड़ी जोरत ते बहादुरी नाल जंग च लड़दा पिया। सियाबी आके हजूर दी बारगाह च उहदी तारीफ करदा, आंदा या रसूला उहदा लड़ना सुभान अल्लाह, उहदा हमलावर होना सुभान अल्लाह, क्या बहादुरी, उहदी जोरत, उहदी बहादुरी, उहदी दलेरी। या रसूला कुरबान जाइयो ते बड़ा बहादुर ते जोरत ते हिम्मत नाल लड़दा पिया, जिधर जांदा पिया तहो तेक करी आउंदा है। जिसले उह तारीफां कर करके करके थक गए ना, मेरे नबी ने फरमाया लड़न वाला जन्मी है। बुखारी शरीफ च हदीस मौजूद है, अगर हदीस ना विखावा आडियो वीडियो रिकॉर्ड हुंदी है भाई, 10 लाख रुपया इनाम इख्तियार देना, अदालत करार के ले लो, 10 करोड़ कर लो, केड़ा देना पैना। फकीर जिम्मेदारी नाल गुफ्तगू करदा पे, हदीस ना होवे 10 करोड़ कर लो, केड़ा देना पैना। फकीर जिम्मेदारी नाल गुफ्तगू करदा पे, हदीस ना होवे जबान कटा देंगा, शहर छड़ देंगे। शाह जी जे निकला तो फिर तुम की लवोगे? मैं कुछ भी ना, उसे कागज से तौबा ना, बुरे अकीदे को तौबा करके नबी की गुलामी जा जाओ, बस गल तेरा काबले गौर। नबी ने फरमाया लड़न वाला जन्मी है, नबी पाक ने की फरमाया लड़न वाला, दो ना कह लो। सियाबी जेड़े उन्होंने ये तो यकीन सी कि गल मेरे नबी की सची है, मगर सोची पै गया खड़े पे वह भी किरदार जोड़ा ना उन्होंने इग्नोर नहीं किया जा सकता, कमाल की एडी जोरत ना लड़ता पे। सियाबी आंदा भी मेरे नबी का फरमान तो मेरे नबी दे सच होना। सियाबी आंदा मैं नाल नाल पिछे पिछे क्योंकि मेरे नबी वमा यंते कुआने लहवा इन होवा इल्ला वहयूहा, मेरे नबी दे मुंह जड़ी निकली वो गल सच्ची होनी है, वो हरफे आखिर इवें ही होना है, पर उहदा किरदार उहनू भी इग्नोर नहीं हो पर वेखा तो सही इहदा एंड की हुंदा है। वो लड़दिया बड़ी जोरत नाल लड़दा पिया, बहादुरी नाल लड़दा पिया, हमलावर हुंदा है बिफरे हुए शेर की तरह, हौसला रखदा है जिवें मर्दां दा हक है, इंज करके जवान मर्दी बहादुरी जोरत दा मुजारा करदे पिया। जिस्म दे उत्ते तीरां दे निशान तलवारां दे निशान लग गए ने, लात दा दाद जिस्म हो गए ने, जिस लात